ਪੰਜਾਬ ਸਰਕਾਰ ਦੇ ਵੱਲੋਂ ਦਿੱਤੀ ਮਿਆਦ ਟੱਪ ਗਈ ਹੈ ਤੇ ਹੁਣ ਕੱਲ ਤੋਂ ਸਰਕਾਰ ਦੇ ਵੱਲੋਂ ਕਬਜ਼ੇ ਛੁਡਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਦਰਅਸਲ ਪੰਜਾਬ ਸਰਕਾਰ ਦੇ ਵੱਲੋਂ 31 ਮਈ ਤੱਕ ਲੋਕਾਂ ਨੂੰ ਪੰਚਾਇਤੀ ਤੇ ਪੰਜਾਬ ਦੀ ਸਰਕਾਰ ਦੀ ਜ਼ਮੀਨ ਤੋਂ ਖੁਦ ਹੀ ਕਬਜ਼ਾ ਛੱਡਣ ਦੀ ਹਦਾਇਤ ਦਿੱਤੀ ਗਈ ਸੀ ਤੇ ਅੱਜ ਪੰਚਾਇਤੀ ਜ਼ਮੀਨ ਤੋਂ ਖੁਦ ਕਬਜ਼ਾ ਛੱਡਣ ਦਾ ਆਖਰੀ ਦਿਨ ਹੈ। 1 ਜੂਨ ਤੋਂ ਪੰਜਾਬ ਸਰਕਾਰ ਫਿਰ ਤੋਂ ਕਬਜ਼ਾ ਛੁਡਾਓ ਮੁਹਿੰਮ ਸ਼ੁਰੂ ਕਰ ਰਹੀ ਹੈ। ਨਜਾਇਜ਼ ਕਬਜ਼ੇ ਕਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਦਾ ਦਮ ਭਰਿਆ ਗਿਆ। ਹਾਲਾਂਕਿ ਬੀਤੇ ਦਿਨੀ ਮੁਹਾਲੀ ਦੇ ਪਿੰਡ ਫਤਿਹਪੁਰ 'ਚ ਲੋਕਾਂ ਨੇ 176 ਏਕੜ ਕਬਜ਼ੇ ਵਾਲੀ ਜ਼ਮੀਨ ਖੁਦ ਹੀ ਛੱਡ ਦਿੱਤੀ ਸੀ। ਕੈਬਨਿਟ ਮੰਤਰੀ ਨੇ ਪਿੰਡ ਪਹੁੰਚ ਕੇ ਖੁਦ ਲੋਕਾਂ ਦਾ ਸਨਮਾਨ ਕੀਤਾ ਸੀ ਤੇ ਕਿਹਾ ਸੀ ਕਿ ਇਸ ਜ਼ਮੀਨ ਦੀ ਕੀਮਤ 264 ਕਰੋੜ ਰੁਪਏ ਬਣਦੀ ਹੈ। ਪੰਜਾਬ ਸਰਕਾਰ ਨੇ ਸਾਲ 2022 'ਚ ਇਸ ਮੁਹਿੰਮ ਦਾ ਆਗਾਜ਼ ਕੀਤਾ ਸੀ। ਦੋ ਫੇਜ਼ 'ਚ ਸਰਕਾਰ ਨੇ ਇਸ ਮੁਹਿੰਮ ਤਹਿਤ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਵਾਏ। ਹੁਣ ਤੱਕ ਸਰਕਾਰ ਨੇ 9030 ਏਕੜ ਜ਼ਮੀਨ ਛੁਡਵਾਈ ਹੈ। ਮੰਤਰੀ ਧਾਲੀਵਾਲ ਨੇ ਦਾਅਵਾ ਕੀਤਾ ਹੈ ਕਿ ਛੁਡਵਾਈ ਗਈ ਸਰਕਾਰੀ ਜ਼ਮੀਨ ਦੀ ਕੀਮਤ 2709 ਕਰੋੜ ਰੁਪਏ ਹੈ ਤੇ ਇਸ ਦੇ ਨਾਲ ਹੀ ਕਬਜ਼ੇ ਛੁਡਾਉਣ ਦੀ ਮੁਹਿੰਮ ਦੇ ਦੌਰਾਨ ਕਿਸੇ ਦੇ ਘਰ ਜਾਂ ਕਿਸਾਨ ਦਾ ਨੁਕਸਾਨ ਨਾ ਕੀਤੇ ਜਾਣ ਦਾ ਵੀ ਦਮ ਭਰਿਆ। ABP ਸਾਂਝਾ, ਜੋਸ਼, ਜਜ਼ਬਾ, ਜਨੂੰਨ।